ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਪੰਜਾਬੀ ਚੈਨਲ ਕੁਕਿੰਗ ਵਿਦ ਮਨਪ੍ਰੀਤ ਸੇਟੂ ਅੱਜ ਵੜਿਆਂ ਦੀ ਬਹੁਤ ਹੀ ਸਵਾਦਿਸ਼ਟ ਰੈਸਪੀ ਬਣਾ ਕੇ ਤਿਆਰ ਕਰਾਂਗੇ ਪੀਲੀ ਮੂੰਗੀ ਦੀ ਦਾਲ ਲੈ ਕੇ ਆਪਾਂ ਉਸ ਨੂੰ ਭਿਉਂ ਕੇ ਰਾਤ ਪਰ ਪਾਣੀ ਵਿੱਚ ਭਿਜੇ ਰਹਿਣ ਦੇਣਾ ਅਤੇ ਸਵੇਰ ਉਸ ਦਾ ਆਪਾਂ ਪਾਣੀ ਨਿਕਾ ਕੱਢ ਦੇਵਾਂਗੇ ਅਤੇ ਉਸ ਨੂੰ ਇੱਕ ਮਿਕਸੀ ਦੇ ਜਾਰ ਵਿੱਚ ਪਾ ਲਵਾਂਗੇ ਜੇਕਰ ਤੁਸੀਂ ਦਾਲ ਨੂੰ ਓਵਰਨਾਈਟ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ 2 ਘੰਟੇ ਪਹਿਲਾਂ ਵੀ ਇਸ ਨੂੰ ਭਿਗੋ ਕੇ ਬਣਾ ਸਕਦੇ ਹੋ ਇਸ ਦੇ ਨਾਲ ਵੀ ਇਸ ਦਾ ਟੇਸਟ ਵਧੀਆ ਬੰਦ ਹੈ ਪਰ ਧਿਆਨ ਰੱਖਿਓ ਕਿ ਦਾਲ ਘੱਟੋ ਘੱਟ 2 ਘੰਟੇ ਤੱਕ ਭਿੱਜੀ ਹੋਈ ਹੋਣੀ ਚਾਹੀਦੀ ਹੈ ਇਹ ਥੋੜੀ ਜਹੀ ਫੁੱਲ ਕੇ ਤਿਆਰ ਹੋ ਜਾਵੇਗੀ ਅਤੇ ਹੁਣ ਇਸ ਨੂੰ ਆਪਾਂ ਤੁਸੀਂ ਚਾਹੇ ਮਿਕਸੀ ਦੇ ਜਾਰ ਵਿੱਚ ਜਾਂ ਫਿਰ ਚੋਪਰ ਦੀ ਮਦਦ ਦੇ ਨਾਲ ਇਸ ਨੂੰ ਗ੍ਰਾਊਂਡ ਕਰ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਤੁਸੀਂ ਚਾਹੋ ਤਾਂ ਹਰੀ ਮਿਰਚ ਵੀ ਐਡ ਕਰ ਸਕਦੇ ਹੋ ਇਸ ਤੋਂ ਇਲਾਵਾ ਹਾਫ ਟੇਬਲस्पून ਆਪਾਂ ਗਰਮ ਮਸਾਲਾ ਐਡ ਕਰਾਂਗੇ ਗਰਮ ਮਸਾਲਾ ਇੱਥੇ ਮੇਰੇ ਕੋਲੇ ਘਰ ਵਿੱਚ ਤਿਆਰ ਕੀਤਾ ਹੋਇਆ ਹੈ ਇੱਕ ਚਮਚ ਦੇ ਕਰੀਬ ਹੀ ਆਪਾਂ ਨਮਕ ਐਡ ਕਰਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਥੋੜਾ ਬਹੁਤਾ ਜਿਵੇਂ ਵੀ ਤੁਹਾਨੂੰ ਪਸੰਦ ਆਇਆ ਅਤੇ ਜੇਕਰ ਤੁਸੀਂ ਗਰਮ ਮਸਾਲੇ ਦੀ ਰੈਸਪੀ ਜਾਣਨਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮੈਂ ਤੁਹਾਡੇ ਨਾਲ ਗਰਮ ਮਸਾਲੇ ਦੀ ਰੈਸਪੀ ਵੀ ਸ਼ੇਅਰ ਕਰ ਦੇਵਾਂਗੀ ਕੀ ਕਰ ਵਿੱਚ ਕਿਵੇਂ ਬਣਾ ਕੇ ਤਿਆਰ ਕੀਤਾ ਹੁਣ ਇਸ ਦੇ ਵਿੱਚ ਹੀ ਆਪਾਂ ਜੀਰਾ ਐਡ ਕਰ ਦੇਵਾਂਗੇ ਹਾਫ ਟੇਬਲस्पून ਜੀਰਾ ਲਵਾਂਗੇ ਅਤੇ ਇੰਨ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਵਾਂਗੇ ਇਸਕੇ ਪੂਰਾ ਵਧੀਆ ਬੈਟਰ ਤਿਆਰ ਕਰਾਂਗੇ ਤੇ ਉੱਪਰ ਆਪਾਂ ਇੱਕ ਤਵਾ ਰੱਖਾਂਗੇ ਅਤੇ ਪਹਿਲਾਂ ਤਾਂ ਵੀ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਉਸ ਤੋਂ ਬਾਅਦ ਇਸ ਆਪਾਂ ਗੈਸ ਦਾ ਜਿਹੜਾ ਫਲੇਮ ਹੈ ਉਹ ਲੋ ਕਰ ਦੇਵਾਂਗੇ ਬਿਲਕੁਲ ਲੋ ਕਰਨਾ ਹੈ ਅਤੇ ਇਸ ਦੇ ਉੱਪਰ ਹੀ 2 ਟੇਬਲਸਪੂਨ ਆਪਾਂ ਸਰ੍ਹੋਂ ਦਾ ਤੇਲ ਜਿਹੜਾ ਪਾਵਾਂਗੇ ਤੁਸੀਂ ਚਾਹੇ ਤਾਂ ਰਫੈਂਡ ਵੀ ਪਾ ਸਕਦੇ ਹੋ ਪਰ ਇਹ ਬੜੇ ਸਭ ਤੋਂ ਜ਼ਿਆਦਾ ਵਧੀਆ ਸਰੋਂ ਦੇ ਤੇਲ ਵਿੱਚ ਹੀ ਬਣ ਕੇ ਤਿਆਰ ਹੁੰਦੇ ਹਨ ਇੱਥੇ ਤੇਲ ਵੀ ਕੋਈ ਬਹੁਤਾ ਜ਼ਿਆਦਾ ਨਹੀਂ ਲੱਗਦਾ ਇਸੇ ਲਈ ਆਪਾਂ ਇਹਨੂੰ ਇਹਨੂੰ ਤੇਲ ਵਿੱਚ ਹੀ ਤਿਆਰ ਕਰਾਂਗੇ ਤਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਕਿਉਂਕਿ ਸਰੋਂ ਦੇ ਤੇਲ ਦਾ ਜੋ ਕੜੁੱਤਨ ਹੈ ਉਹ ਨਿਕਲ ਜਾਵੇਗੀ ਗਰਮ ਕਰਨ ਦੇ ਨਾਲ ਤਬਟ ਗੈਸ ਜਿਹੜੀ ਹੈਗੀ ਆਪਾਂ ਉਹ ਲੋ ਫਲੇਮ ਤੇ ਹੀ ਰੱਖਾਂਗੇ ਤੇ ਇਸ ਦੇ ਵਿੱਚ ਜੋ ਆਪਾਂ ਬੈਟਰ ਬਣਾ ਕੇ ਤਿਆਰ ਕੀਤਾ ਸੀ ਹੁਣ ਉਸਦੇ ਛੋਟੇ-ਛੋਟੇ ਵੜੇ ਬਣਾ ਕੇ ਆਪਾਂ ਤਵੇ ਦੇ ਉੱਪਰ ਪਾ ਦੇਵਾਂਗੇ ਧਿਆਨ ਰੱਖਿਓ ਕਿ ਬਿਲਕੁਲ ਛੋਟੇ-ਛੋਟੇ ਜਿਨ੍ਹਾਂ ਨੂੰ ਟੁੱਕ ਕਹਿੰਦੇ ਹਨ ਟੁੱਕ ਦੀ ਤਰ੍ਹਾਂ ਹੀ ਇਹਨਾਂ ਨੂੰ ਪਾਉਣਾ ਹੈ ਕਿ ਟੁੱਕ-ਟੁੱਕ ਕੇ ਥੋੜੇ-ਥੋੜੇ ਕਰਕੇ ਪਾਵਾਂਗੇ ਚਮਚ ਦੀ ਮਦਦ ਦੇ ਨਾਲ ਪਾ ਕੇ ਪਹਿਲਾਂ ਉੱਪਰ ਚਮਚ ਦੀ ਮਦਦ ਦੇ ਨਾਲ ਹੀ ਥੋੜਾ ਜਿਹਾ ਇਹਨਾਂ ਨੂੰ ਫਲਾ ਦੇਣਾ ਹੈ। ਤੇ ਇਹ ਖੁਦ ਵੀ ਥੋੜੇ ਜਿਹੇ ਫੈਲ ਜਾਣਗੇ ਜਦੋਂ ਆਪਾਂ ਤੇਲ ਦੇ ਵਿੱਚ ਪਾਵਾਂਗੇ। ਧਿਆਨ ਰੱਖੇ ਫਲੇਮ ਲੋ ਹੀ ਹੋਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਜਲਦੀ ਪੱਕ ਕੇ ਤਿਆਰ ਹੁੰਦੇ ਹਨ। ਤਾਂ ਆਪਾਂ ਸਾਰੇ ਜਿਹੜੇ ਆਪਣੇ ਤਿਆਰ ਹਨ ਬੈਟਰ ਉਹ ਪਾਵਾਂਗੇ। ਜਿੰਨਾ ਵੀ ਇੱਕ ਟਾਈਮ ਦੇ ਵਿੱਚ ਜਿੰਨਾ ਆਪਾਂ ਸੈਂਟਰ ਦੇ ਵਿੱਚ ਤੇਲ ਪਾਇਆ ਉੱਥੇ-ਉੱਥੇ ਹੀ ਪਾਉਨੇ ਹਨ ਅਤੇ ਆਪਾਂ ਬਾਕੀ ਬੈਟਰ ਸਾਈਡ ਤੇ ਰੱਖ ਦੇਵਾਂਗੇ ਤੇ ਹੁਣ ਤਵੇ ਨੂੰ ਚਾਰੇ ਤਰਫ ਤੇ ਉਹਨਾਂ ਵੜਿਆਂ ਦੇ ਆਸੇ-ਵਾਸੇ ਘੁਮਾਵਾਂਗੇ ਜਿਸ ਨਾਲ ਸਾਰੇ ਵੜਿਆਂ ਨੂੰ ਚੰਗੀ ਤਰ੍ਹਾਂ ਜਿਹੜਾ ਤੇਲ ਆਹੋ ਲੱਗ ਜਾਵੇਗਾ ਅਤੇ ਤੁਸੀਂ ਇੱਥੇ ਕਿਸੇ ਵੀ ਚੀਜ਼ ਦੀ ਮਦਦ ਦੇ ਨਾਲ ਇਹਨਾਂ ਨੂੰ ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਤਾਂ ਇੱਕ ਸਾਈਡ ਤੋਂ ਜਿਵੇਂ ਕਿ ਆਪਾਂ ਨੂੰ ਥੋੜੇ ਥੋੜੇ ਦਿਖ ਰਏ ਹਨ ਕਿ ਇਹ 골ਡਨ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਆ ਤਾਂ ਮੈਂ ਇੱਥੇ ਚਮਟੇ ਦੀ ਮਦਦ ਦੇ ਨਾਲ ਹੀ ਇਹਨਾਂ ਨੂੰ ਉਲਟ ਰਹੀਆਂ ਉਲਟਾ ਰਹੀਆਂ ਤਾਂ ਇਹ ਉਲਟ ਕੇ ਚੰਗੇ ਤਰੀਕੇ ਨਾਲ ਜਦੋਂ ਇਹ ਲੱਗਣਗੇ 골ਡਨ ਬ੍ਰਾਊਨ ਹੋ ਗਏ ਤਾਂ ਇਹਨਾਂ ਨੂੰ ਦੋਨੋਂ ਸਾਈਡ ਤੋਂ ਆਪਾਂ ਸੇਕ ਲਵਾਂਗੇ ਸੇਕਣ ਤੋਂ ਬਾਅਦ ਇਹਨਾਂ ਨੂੰ ਆਪਾਂ ਤਵੇ ਦੇ ਉੱਪਰ ਹੀ ਸਾਈਡਾਂ ਤੇ ਕਰ ਦੇਣਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਥੋੜਾ ਥੋੜਾ ਇਹਨਾਂ ਨੂੰ ब्राउन ਹੋ ਚੁੱਕੇ ਹਨ ਤਾਂ ਦੋਨੋਂ ਸਾਈਡਾਂ ਤੋਂ ਹਲਕੇ ਹਲਕੇ ਬ੍ਰਾਊਨ ਕਰਕੇ ਇਹਨਾਂ ਨੂੰ ਤਵੇ ਦੀਆਂ ਸਾਈਡਾਂ ਤੇ ਆਪਾਂ ਕਰਦੇ ਜਾਵਾਂਗੇ ਬਹੁਤ ਹੀ ਕਰੰਚੀ ਆਪਣੇ ਕੋਲੇ ਵੜੇ ਬਣ ਕੇ ਤਿਆਰ ਹੁੰਦੇ ਹਨ ਇਹਨਾਂ ਨੂੰ ਦਹੀਂ ਪੱਲੇ ਵੀ ਕਹਿ ਸਕਦੇ ਹੋ ਦਹੀਂ ਵੜੇ ਵੀ ਕਹਿ ਸਕਦੇ ਹੋ ਜੋ ਵੀ ਤੁਸੀਂ ਕਹਿਣਾ ਚਾਹੋ ਬਹੁਤ ਹੀ ਵਧੀਆ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਜੋ ਬੜੇ ਆਪਣੇ ਬਣ ਕੇ 골ਡਨ ਹੋ ਚੁੱਕੇ ਹਨ ਉਹਨਾਂ ਨੂੰ ਆਪਾਂ ਤਵੇ ਦੀਆਂ ਹੀ ਸਾਈਡਾਂ ਤੇ ਘੜ ਦੇਵਾਂਗੇ ਤੇ ਬਾਕੀ ਬੈਟਰ ਨੂੰ ਵੀ ਉਸੇ ਤਰੀਕੇ ਨਾਲ ਹੀ ਆਪਾਂ ਤੇਲ ਦੇ ਵਿੱਚ ਪਾਉਂਦੇ ਜਾਵਾਂਗੇ ਜਦੋਂ ਤੱਕ ਆਪਣੇ ਸਾਰੇ ਬੜੇ ਬਣ ਕੇ ਤਿਆਰ ਨਹੀਂ ਹੁੰਦੇ ਜੋ ਆਪਾਂ ਨੇ 골ਡਨ ਬ੍ਰਾਊਨ ਹੋ ਚੁੱਕੇ ਸੀ ਉਹ ਆਪਾਂ ਇੱਕ ਪਲੇਟ ਵਿੱਚ ਲੈ ਲਈ ਹਨ ਅਤੇ ਦੂਜੇ ਵੀ ਜੋ ਆਪਣੇ ਹੈਗੇ ਨੇ ਤਵੇ ਦੇ ਉੱਤੇ ਚੰਗੀ ਤਰ੍ਹਾਂ ਸਿੱਕ ਰਹੇ ਹਨ ਇਹਨਾਂ ਨੂੰ ਚੰਗੀ ਤਰ੍ਹਾਂ ਸਿੱਕਣਾ ਹੈ ਜਦੋਂ ਤੱਕ ਇਹ ਪੂਰੇ ਤਰੀਕੇ ਨਾਲ ਕ੍ਰਿਸਪੀ ਨਹੀਂ ਹੋ ਜਾਂਦੇ ਤਵੇ ਦੀਆਂ ਸਾਈਡਾਂ ਤੇ ਇਸੇ ਕਰਕੇ ਰੱਖਣਾ ਕਿਉਂਕਿ ਜੋ ਵੀ ਇਹਨਾਂ ਦੇ ਵਿੱਚ ਕੋਈ ਜ਼ਿਆਦਾ ਐਕਸਟਰਾ ਤੇਲ ਹੋਏਗਾ ਉਹ ਆਪਣੇ ਇਸ ਦੇ ਵਿੱਚੋਂ ਬਾਹਰ ਨਿਕਲ ਜਾਏਗਾ ਤਾਂ ਜਿਸ ਦੇ ਨਾਲ ਇਹਨਾਂ ਦੇ ਵਿੱਚ ਜ਼ਿਆਦਾ ਆਇਲ ਨਹੀਂ ਹੁੰਦਾ ਆਪਣੇ ਸਾਰੇ ਵੜੇ ਬਣ ਕੇ ਤਿਆਰ ਹਨ ਹੁਣ ਇੱਕ ਬੌਲ ਦੇ ਵਿੱਚ ਆਪਾਂ ਪਾਣੀ ਲਵਾਂਗੇ ਥੋੜਾ ਗੁੰਗੁਨਾ ਪਾਣੀ ਲਵਾਂਗੇ ਇਸ ਵਿੱਚ ਆਪਣੇ ਸਾਰੇ ਤਿਆਰ ਜੋ ਵੜੇ ਹਨ ਉਹਨਾਂ ਨੂੰ ਆਪਾਂ ਪਾ ਦੇਵਾਂਗੇ ਪਾਣੀ ਗੁੰਗੁਨੇ ਪਾਣੀ ਦੇ ਵਿੱਚ ਸਾਰੇ ਵੜਿਆਂ ਨੂੰ ਆਪਾਂ ਪਾ ਦੇਵਾਂਗੇ ਜਿੰਨੇ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਉਨੇ ਹੀ ਪਾਓ ਬਾਕੀ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ 2 ਤੋਂ 3 ਦਿਨ ਦੇ ਤੱਕ ਤੁਸੀਂ ਇਹਨਾਂ ਨੂੰ ਸਟੋਰ ਕਰ ਸਕਦੇ ਹੋ ਕਿ ਟਾਈਟ ਕੰਟੇਨਰ ਵਿੱਚ ਪਾ ਕੇ ਸਟੋਰ ਕਰਕੇ ਰੱਖ ਲਓ ਹੁਣ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਵਾਂਗੇ ਦਹੀਂ ਘਰ ਵਿੱਚ ਹੀ ਬਣਾ ਕੇ ਤਿਆਰ ਕੀਤਾ ਹੋਇਆ ਹੈ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਇਸ ਗੱਲ ਦਾ ਧਿਆਨ ਰੱਖਣਾ ਤਾਂ ਬਹੁਤ ਹੀ ਇਹਨਾਂ ਦਹੀਂ ਦਾ ਆਪਾਂ ਸਮੂਥ ਜਿਹਾ ਬੈਟਰ ਬਣਾ ਕੇ ਤਿਆਰ ਕਰ ਲਵਾਂਗੇ ਚੰਗੀ ਤਰ੍ਹਾਂ ਦਹੀਂ ਨੂੰ ਫੈਂਟ ਲਿਆ ਹੈ ਅਤੇ ਹੁਣ ਇਸ ਦੇ ਵਿੱਚ ਜੋ ਆਪਾਂ ਪਾਣੀ 'ਚ ਭੋਂਕੇ ਵੜੇ ਰੱਖੇ ਹੋਏ ਸਨ ਉਹਨਾਂ ਨੂੰ ਭਿਜ ਜਾਣਾ ਵੀ 10 ਮਿੰਟ ਹੋ ਗਏ ਹਨ ਤੇ ਆਪਾਂ ਇਹਨਾਂ ਨੂੰ ਚੈੱਕ ਕਰ ਲਵਾਂਗੇ ਥੋੜੇ ਹਲਕ ਸੌਫਟ ਹੋ ਜਾਣਗੇ ਤੇ ਹੱਥ ਦੀ ਮਦਦ ਦੇ ਨਾਲ ਇਹਨਾਂ ਵਿੱਚੋਂ ਜੋ ਪਾਣੀ ਹੈ ਉਹਨੂੰ ਆਪਾਂ ਕੱਢ ਕੇ ਤੇ ਆਪਾਂ ਦਹੀਂ ਦੇ ਵਿੱਚ ਇਹਨਾਂ ਨੂੰ ਪਾ ਦੇਵਾਂਗੇ ਸਾਰੇ ਵੜੇ ਇਸੇ ਤਰੀਕੇ ਨਾਲ ਹੀ ਇਹਨਾਂ ਦਾ ਚੰਗੀ ਤਰ੍ਹਾਂ ਪਾਣੀ ਨਿਚੋੜ ਕੇ ਆਪਾਂ ਦਹੀਂ ਦੇ ਵਿੱਚ ਪਾ ਦੇਣਾ ਹੈ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਜੋ ਆਪਣਾ ਐਕਸਟਰਾ ਥੋੜਾ ਬਹੁਤਾ ਤੇਲ ਰਹਿੰਦਾ ਸੀ ਉਹ ਵੀ ਪਾਣੀ ਦੇ ਵਿੱਚ ਇਹਨਾਂ ਦਾ ਨਿਕਲ ਗਿਆ ਹੈ ਤਾਂ ਇਹ ਬਹੁਤ ਹੀ ਵਧੀਆ ਹੈਲਦੀ ਤੁਹਾਡੇ ਕੋਲੇ ਆਪਸ਼ਨ ਹੈਗੀ ਆ ਖਾਣ ਦੇ ਲਈ ਬਹੁਤ ਵਧੀਆ ਦਹੀਂ ਵੜੇ ਬਣ ਕੇ ਤਿਆਰ ਹੁੰਦੇ ਹਨ ਰੋਜ਼ ਰੋਜ਼ ਦੀ ਜੋ ਆਪਾਂ ਬੁੰਦੀ ਰਾਇਤਾ ਖਾ ਕੇ ਅੱਕ ਚੁੱਕੇ ਆ ਤਾਂ ਕੁਝ ਨਵਾਂ ਟਰਾਈ ਕਰਕੇ ਖਾਣਾ ਚਾਹੀਦਾ ਤੇ ਇਹ ਬਹੁਤ ਹੀ ਖਾਣ ਦੇ ਵਿੱਚ ਸਵਾਦੀ ਲੱਗਦੇ ਆ ਮੇਰੇ ਘਰ ਵਿੱਚ ਤਾਂ ਹਮੇਸ਼ਾ ਹੀ ਇਹਨਾਂ ਦੀ ਡਿਮਾਂਡ ਰਹਿੰਦੀ ਹੈ ਤੇ ਮੇਰੇ ਹਸਬੰਦ ਬਹੁਤ ਹੀ ਚਾਹ ਦੇ ਨਾਲ ਇਹਨਾਂ ਨੂੰ ਖਾਂਦੇ ਹਨ ਜਿਵੇਂ ਕਿ ਦੇਖ ਚੁੱਕੇ ਆ ਸਾਰੇ ਵੜੇ ਆਪਾਂ ਪਾਣੀ ਦੇ ਵਿੱਚੋਂ ਨਿਚੋਰ ਲੈ ਕੇ ਬਾਹਰ ਕੱਢ ਲਈ ਹਨ ਤੇ ਹੁਣ ਆਪਾਂ ਇਹਨਾਂ ਦਾ ਜਿਹੜਾ ਚੰਗੇ ਤਰੀਕੇ ਨਾਲ ਦਹੀਂ ਵੜੇ ਬਣਾ ਕੇ ਤਿਆਰ ਕਰ ਰਹੇ ਹਾਂ ਤੇ ਸਾਰੇ ਵੜਿਆਂ ਨੂੰ ਦਹੀਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਿਕਸ ਕਰਨ ਤੋਂ ਬਾਅਦ ਜਿੰਨੇ ਵੀ ਤੁਸੀਂ ਖਾਣਾ ਚਾਹੁੰਦੇ ਹੋ ਉਸ ਦੇ ਵਿੱਚ ਹੀ ਆਪਾਂ ਨਮਕ ਮਿਰਚ ਏਡ ਕਰ ਲਵਾਂਗੇ ਬਾਕੀ ਆਪਾਂ ਇਸੇ ਤਰ੍ਹਾਂ ਇਹਨਾਂ ਨੂੰ ਫ੍ਰੀਜ਼ਰ ਦੇ ਵਿੱਚ ਰੱਖ ਦੇਵਾਂਗੇ ਜਿਵੇਂ ਕਿ ਇੱਥੇ ਮੈਂ ਇੱਕ ਬੌਲ ਲੈ ਲਿਆ ਹੈ ਕਿਉਂਕਿ ਮੈਨੂੰ ਹੁਣ ਥੋੜੀ ਕੁਆਂਟੀਟੀ ਦੇ ਵਿੱਚ ਹੀ ਅਜੇ ਚਾਹੀਦੀ ਸੀ ਤਾਂ ਬੌਲ ਦੇ ਵਿੱਚ ਥੋੜੇ ਜਿਹਾ ਵੜੇ ਉੱਪਰ ਤੋਂ ਦਹੀਂ ਪਾ ਕੇ ਆਪਾਂ ਇਸ ਦੇ ਵਿੱਚ ਹੁਣ ਆਪਾਂ ਨਮਕ ਤੇ ਮਿਰਚ ਜੋ ਵੀ ਆਪਣੇ ਟੇਸਟ ਅਕੋਰਡਿੰਗ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਮੈਂ ਇੱਥੇ ਕਾਲੀ ਮਿਰਚ ਤੇ ਨਮਕ ਜੋ ਕਿ ਮਿਕਸ ਕੀਤਾ ਹੋਇਆ ਹੈ ਉਹ ਏਡ ਕਰਾਂਗੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਸ ਦੇ ਵਿੱਚ ਲਾਲ ਮਿਰਚ, ਗਰਮ ਮਸਾਲਾ ਪਾ ਸਕਦੇ ਹੋ ਤੇ ਇੱਕ ਦੇ ਨਾਲ ਹੀ ਇੱਥੇ ਮੇਰੇ ਕੋਲੇ ਜੀਰਾ ਜੋ ਕਿ ਪਹਿਲਾਂ ਮੈਂ ਤਵੇ ਦੇ ਉੱਤੇ ਭੁੰਨ ਕੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਿਆ ਸੀਗਾ ਹੱਥ ਦੀ ਮਦਦ ਦੇ ਨਾਲ ਹੀ ਇਸ ਨੂੰ ਥੋੜਾ ਥੋੜਾ ਕੁੱਟ ਲਿਆ ਤੇ ਆਪਾਂ ਇਸ ਦੇ ਉੱਪਰ ਪਾ ਦੇਵਾਂਗੇ ਇਸ ਦੇ ਨਾਲ ਵੀ ਦਹੀਂ ਦਾ ਟੇਸ ਬਹੁਤ ਜ਼ਿਆਦਾ ਉੱਭਰ ਕੇ ਆਉਂਦਾ ਹੈ। ਅਤੇ ਖਾਣ ਵਿੱਚ ਬਹੁਤ ਹੀ ਟੇਸਟੀ ਲੱਗਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਆਪਣੇ ਦਹੀਂ ਵੜੇ ਬਣ ਕੇ ਬਿਲਕੁਲ ਤਿਆਰ ਹਨ। ਘਰ ਵਿੱਚ ਜਦ ਵੀ ਮਹਿਮਾਨ ਆਣ ਤਾਂ ਇਹ ਉਹਨਾਂ ਨੂੰ ਬਣਾ ਕੇ ਜਰੂਰ ਖਵਾਓ ਤੇ ਬਹੁਤ ਹੀ ਲਾਜਵਾਬ ਦਹੀਂ ਵੜੇ ਬਣ ਕੇ ਤਿਆਰ ਹੁੰਦੇ ਹਨ ਥੈਂਕ ਯੂ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ